ਤੂੰ ਗੁਰੂ ਵਾਲਾ ਬਣ, ਤੂੰ ਗੁਰੂ ਦੀ ਬਾਣੀ ਸਦਾ ਗਾ, ਸਦਾ ਗਾ, ਇਹ ਸੱਚੀ ਬਾਣੀ, ਇਹ ਸੱਚੀ ਬਾਣੀ ਆ। ਬਾਕੀ ਗੱਲਾਂ ਲੋਕਾਂ ਦੀਆਂ ਝੂਠੀਆਂ ਨੇ, ਪਰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਇਜ਼ ਦ ਟਰੂਥ। ਆਖੋ ਸਤਨਾਮ। ਅੱਛਾ, ਸ਼ੁਰੂ ਤੇ ਮੈਂ ਬੇਨਤੀ ਕੀਤੀ ਸੀ ਕਿ ਸੰਪੂਰਨਤਾ ਦਿਵਸ ਆ ਰਿਹਾ ਅੱਗੇ, ਆਪਾਂ ਸਾਰੇ ਘਰਾਂ ਚ ਗੁਰਦੁਆਰਿਆਂ ਵਿੱਚ ਪ੍ਰੋਗਰਾਮ ਹੁੰਦੇ ਨੇ, ਠੀਕ ਆ, ਅਖੰਡ ਪਾਠ ਸਾਹਿਬ ਹੁੰਦੇ ਆ, ਸਮਾਗਮ ਹੁੰਦੇ ਆ, ਸੰਪੂਰਨਤਾ ਦਿਵਸ। ਸੰਪੂਰਨਤਾ ਦਿਵਸ ਵਧੀਆ ਉਦੋਂ ਮੰਨਿਆ ਜਾਊਗਾ ਜਦੋਂ ਆਪਾਂ ਗੁਰਬਾਣੀ ਨੂੰ ਮੰਨ ਕੇ ਆਪਾਂ ਵੀ ਸੰਪੂਰਨ ਹੋ ਜਾਈਏ, ਆਪਾਂ ਵੀ ਸੰਪੂਰਨ ਹੋਈਏ, ਕੰਪਲੀਟ। And that only way we can happen if we try and understand Gurbani and bring those gems into our life. Oh, heere leke aao, pyo dadde ka khol ditha khajana, tao mere man paya nidana. Odo banda ain anand vich aa jayega jado pyo dadde da khajana khol ke vekhange, heeriyan naal bharya paya, main ta kholya hi nahi si. Guru Granth Sahib da sahaj paath karo, aa riha sampurnta da divas, the completion of Guru Granth Sahib ji, sampurnta divas aa riha. Main hath jod ke benti karun ਕਿ ਸਹਿਜ ਪਾਠ ਸ਼ੁਰੂ ਕਰੋ ਪਿਆਰਿਓ। ਭਵਾਂ ਸਾਰੀ ਜ਼ਿੰਦਗੀ ਲੱਗ ਜੇ ਕਰਦੇ ਆ, ਜੇ ਪੜ੍ਹ ਨਹੀਂ ਸਕਦੇ ਸੁਣੋ, ਸੁਣੋ, ਸੁਣੋ ਤਾਂ ਸਮਝੋ, ਤਾਂ ਹੀ ਸਾਡਾ ਭਲਾ ਹੋਊਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਹੀ ਭਲਾ ਹੋ ਇਫ ਵੀ ਟ੍ਰਾਈ ਐਂਡ ਅੰਡਰਸਟੈਂਡ। ਐਂਡ ਐਜ਼ ਆਈ ਸੈਡ ਬਿਫੋਰ, ਇੱਕ ਅੱਖਰ ਵੀ ਸਮਝ ਆ ਜੇ, ਇੱਕ ਸ਼ਬਦ, ਜੇ ਇੱਕ ਗੁਰਕੀ ਸਿੱਖ ਸੁਣੀ, ਤਾਂ ਆਪਾਂ ਰੰਗੇ ਜਾ ਸਕਦੇ ਹਾਂ, ਅੰਦਰੋਂ ਖੇੜਾ ਆ ਸਕਦਾ, ਖੁਸ਼ੀਆਂ ਖੁਸ਼ੀਆਂ। ਆਪਾਂ ਕਹਿੰਦੇ ਹਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ, ਕਦੋਂ? ਜੇ ਸਤਿਗੁਰ ਨਦਰ ਕਰੇ, ਆ ਗਈ ਸਮਝ ਨਦਰ ਦੀ, ਗੁਰੂ ਦੀ ਨਦਰ ਵਿੱਚ ਆ ਗਏ ਲੱਖਾਂ ਹੀ ਖੁਸ਼ੀਆਂ, ਲੱਖਾਂ ਹੀ ਪਾਤਸ਼ਾਹੀਆਂ। ਭਵਾਂ ਕੋਈ ਗਰੀਬ ਹੋਵੇ, ਪੱਟੇ ਹੋਏ ਕੱਪੜੇ ਹੋਣ, ਪਰ ਜਦੋਂ ਅੰਦਰੋਂ ਗੁਰੂ ਦੀ ਨਦਰ ਮਿਲ ਗਈ, ਉਹਨੂੰ ਕਹਿੰਦਾ ਕੀ ਲੱਖਾਂ ਦੀਆਂ ਪਾਤਸ਼ਾਹੀਆਂ ਤਾਂ ਭੁੱਖੇ ਨੇ, ਅਸਲੀ ਤਾਂ ਮੈਂ ਹੀ ਅੰਦਰੋਂ ਰੱਜਿਆ ਪਿਆ। ਜਿਹਨੂੰ ਰਾਜਾ ਆ ਜੇ ਪਿਆਰੇ, ਉਹ ਰਾਜਾ